ਹੈ ਮਸਜਿਦ ਦੀ ਛੱਤ ਪਾਣੀ ਦੀ ਨਿਕਾਸੀ ਦਾ ਸਿਸਟਮ ਉਹ ਠੀਕ ਨਹੀਂ ਛੱਤ ਵਿੱਚ ਪਾਣੀ ਖੜ੍ਹਾ ਜਿਹਦੀ ਵਜ੍ਹਾ ਸੀਲਿੰਗ 'ਤੇ ਵੀ ਇਫੈਕਟ ਹੁੰਦਾ ਦਰਾੜ ਲੈਂਟਰ ਦੇ ਉੱਤੇ ਟਾਇਲ ਲੱਗੀ ਹੈ ਲੇਕਿਨ ਇਹ ਕਿ ਉਹ ਦਰਾੜਾਂ ਦਰਾੜਾਂ ਪੈ ਗਈਆਂ ਨੇ ਇਹਦੇ ਵਿੱਚ ਇਹ ਪਾਣੀ ਬੜਾ ਸਾਰਾ ਇਹ ਸਾਰੀ ਦਰਾੜ ਸੀਲਿੰਗ ਦੇ ਉੱਤੇ ਜਿਹੜਾ ਨਾ ਬਨੇਰੇ ਵੀ ਨਹੀਂ ਹੈ ਉਹ ਛੱਤ ਉੱਪਰੋਂ ਜਿਹੜੀ ਖਰਾਬ ਹੋਣ ਦੀ ਵਜ੍ਹਾ ਤੋਂ ਦਰਾੜਾਂ ਦੀ ਵਜ੍ਹਾ ਤੋਂ ਰਾਤ ਬਹੁਤ ਤੇਜ਼ ਬਾਰਿਸ਼ ਆਈ ਇਹਨਾਂ 'ਤੇ ਇਹ ਸਾਰਾ ਪਾਣੀ ਸੀਲਿੰਗ ਤੱਕ ਪਹੁੰਚ ਗਿਆ ਇਹਨਾਂ ਨੇ ਸੀਲਿੰਗ ਖਰਾਬ ਕਰ ਦਿੱਤੀ ਹੈ।